ਬਿਰਾਜਮਾਨ ਟੋਡੀ ਮਹੱਲਾ ਪੰਜਵਾਂ ਟੋਡੀ ਫਿਫਤ ਮਹੱਲਾ ਫਿਫਤ ਗੁਰੂ ਪੰਜਵੇਂ ਪਾਤਸ਼ਾਹ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੀ ਬਾਣੀ ਪ੍ਰੇਅਰ ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ ਰਹਾਉ For getting the Lord, one is ruined forever. How can anyone be deceived who has your support, O Lord? Question mark. Pause. Parmatma de naam nu bhulaya sada maya de hathon manukh di bepatti hundi hai. He Prabhu, jis manukh nu aap jiyan da aasra hove, ਉਸਨੂੰ ਮਾਇਆ ਦੇ ਕਿਸੇ ਵੀ ਵਿਕਾਰ ਵੱਲੋਂ ਧੋਖਾ ਨਹੀਂ ਲੱਗ ਸਕਦਾ ਜਿਹੜਾ ਵੀ ਇਨਸਾਨ ਕਹਿੰਦਾ ਨਾ ਕਿ ਮੈਨੂੰ ਕਿਸੇ ਨੇ ਧੋਖਾ ਦੇ ਦਿੱਤਾ ਤਾਂ ਸਮਝ ਲਓ ਕਿ ਪਰਮਾਤਮਾ ਵੱਲ ਨੂੰ ਨਹੀਂ ਜੇ ਜੁੜੇ ਕਿਸੇ ਨੇ ਧੋਖਾ ਨਹੀਂ ਦਿੱਤਾ ਤੁਸੀਂ ਆਪ ਧੋਖਾ ਲਿੱਤਾ ਕਿਉਂ ਜੇ ਪਰਮਾਤਮਾ ਦਾ ਲੜ ਫੜ ਲਈਏ ਜੇ ਪਰਮਾਤਮਾ ਦੀ ਬਾਂ ਫੜ ਲਈਏ ਨਾ ਕਦੇ ਵੀ ਕੋਈ ਸਾਡੇ ਨਾਲ ਧੋਖਾ ਨਹੀਂ ਕਰ ਸਕਦਾ ਕਿਸੇ ਵੀ ਕਿਸਮ ਦਾ ਧੋਖਾ ਸਾਨੂੰ ਕਿਧਰੋਂ ਵੀ ਨਹੀਂ ਜੇ ਮਿਲ ਸਕਦਾ ਜੇ ਬਾਣੀ ਜਪੀਏ ਬਿਨ ਸਿਮਰਨ ਜੋ ਜੀਵਨ ਬਲਨਾ ਸਰਬ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੈ ਗੋ ਹਾਰੀ ਵਿਦਆਊਟ ਮੈਡੀਟੇਟਿੰਗ ਇਨ ਰਿਮੈਂਬਰੈਂਸ ਔਨ ਦ ਲੋਰਡ Life is like a burning fire. Even if one lives long like a snake, one may rule over the nine regions of the earth, but in the end, he shall have to depart, losing the game of life. Parmatma da naam simran to bina jitni bhi jindagi guzarni hai na, oh ye samjho ਜਿਵੇਂ ਸੱਪ ਆਪਣੀ ਉਮਰ ਗੁਜ਼ਾਰਦਾ ਹੈ ਨਾ ਉਮਰ ਭਾਵੇਂ ਲੰਬੀ ਹੁੰਦੀ ਹੈ ਸੱਪ ਦੀ ਪਰ ਉਹ ਸਦਾ ਆਪਣੇ ਅੰਦਰ ਜ਼ਹਿਰ ਪੈਦਾ ਕਰਦਾ ਰਹਿੰਦਾ ਹੈ ਸਾਡਾ ਵੀ ਇਹੀ ਕੰਮ ਨਾ ਹੋ ਜਾਏ
ਕਿ ਉਮਰ ਤਾਂ ਵੱਡੀ ਹੋ ਜਾਏ ਪਰ ਅੰਦਰ ਅਸੀਂ ਜ਼ਹਿਰ ਪੈਦਾ ਕਰਦਾ ਰਹੀਏ। ਜ਼ਹਿਰ ਕਿਹੜਾ? ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਠੱਗੀਆਂ ਮਾਰਨ ਦਾ, ਚੁਗਲੀਆਂ ਕਰਨ ਦਾ, ਫਰੇਬ ਕਰਨ ਦਾ, ਇਹ ਸਾਰਾ ਜ਼ਹਿਰ ਅਸੀਂ ਆਪਣੇ ਅੰਦਰ ਨਾ ਭਰਦੇ ਰਹੀਏ। ਪਾਤਸ਼ਾਹ ਜੀ ਨੇ ਕਿਹਾ ਪਾਠ ਕਰੋ, ਸੇਵਾ ਕਰੋ, ਤਾਂ ਜੀਵਨ ਸਫਲਾ ਹੋਏਗਾ। ਗੁਣ ਨਿਧਾਨ ਗੁਣ ਤਿੰਨ ਹੀ ਗਾਏ, ਜਾਂ ਕੋ ਕਿਰਪਾ ਧਾਰੀ, ਸੋ ਸੁਖੀਆ ਧਨੁਸ ਜਨਮਾ ਨਾਨਕ ਤਿਸ ਬਲਿਹਾਰੀ। ਹੀ ਅਲੋਨ ਸਿੰਗ ਦ ਗਲੋਰੀਅਸ ਪ੍ਰੇਜ਼ਿਸ ਆਫ ਦ ਲੋਰਡ, ਦ ਟ੍ਰੈਜਰ ਆਫ ਵਿਰਚੂ ਉਪੋਨ ਹੂਮ ਦ ਲੋਰਡ ਸ਼ਾਵਰਸ ਹਿਸ ਗ੍ਰੇਸ, ਹੀ ਇਜ਼ ਐਟ ਪੀਸ ਐਂਡ ਹਿਸ ਬਰਥ ਇਜ਼ ਬਲੈਸਡ, ਨਾਨਕ ਇਜ਼ ਅ ਸੈਕਰੀਫਾਈਸ ਟੂ ਹਿਮ। ਗੁਣਾਂ ਦੇ ਖਜ਼ਾਨੇ ਹਰੀ ਦੇ ਗੁਣ ਉਸ ਮਨੁੱਖ ਨੇ ਹੀ ਗਾਏ ਹਨ ਜਿਸ ਉੱਤੇ ਹਰੀ ਨੇ ਮਿਹਰ ਕੀਤੀ ਹੈ। ਉਹ ਮਨੁੱਖ ਸਦਾ ਸੁਖੀ ਜੀਵਨ ਬਤੀਤ ਕਰਦਾ ਹੈ, ਉਸਦੀ ਜ਼ਿੰਦਗੀ ਮੁਬਾਰਕ ਹੁੰਦੀ ਹੈ। ਇਹ ਨਾਨਕ ਅਜਿਹੇ ਮਨੁੱਖ ਤੋਂ ਸਦਕੇ ਹੋਣਾ ਚਾਹੀਦਾ ਹੈ। ਇਹਦੇ ਚ ਕੋਈ ਡਾਊਟ ਨਹੀਂ ਕਿ ਆਪਾਂ ਸੇਵਾ ਕਰੀਏ ਜਾਂ ਪਾਠ ਕਰੀਏ, ਉਹਦੇ ਵਿੱਚ ਪਾਤਸ਼ਾਹ ਜੀ ਦੀ ਕਿਰਪਾ ਸਾਨੂੰ ਚਾਹੀਦੀ ਹੈ, ਕਿਉਂਕਿ ਪਾਤਸ਼ਾਹ ਜੀ ਦੀ ਕਿਰਪਾ ਤੋਂ ਬਿਨਾਂ ਨਾ ਹੀ ਅਸੀਂ ਪਾਠ ਕਰ ਸਕਦੇ ਹਾਂ ਤੇ ਨਾ ਹੀ ਅਸੀਂ ਸੇਵਾ ਕਰ ਸਕਦੇ ਹਾਂ। ਜਿਹੜਾ ਕਹਿੰਦਾ ਕਿ ਮੈਂ ਆਪ ਸੇਵਾ ਕੀਤੀ, ਮੈਂ ਆਪ ਕੀਰਤਨ ਕੀਤਾ, ਮੈਂ ਆਪ ਪਾਠ ਕੀਤਾ, ਉਹ ਹਲੇ ਅਹੰਕਾਰ ਦੇ ਵਿੱਚ ਘੁੰਮ ਰਿਹਾ ਹੈ। ਪਰ ਐਸਾ ਨਹੀਂ ਹੈ, ਕਿਉਂਕਿ ਪਾਠ ਤਾਂ ਸਾਡੇ ਤੋਂ ਪਾਤਸ਼ਾਹ ਜੀ ਆਪ ਕਰਵਾਉਂਦੇ ਨੇ, ਤੇ ਜਿਹੜਾ ਇਨਸਾਨ ਪਾਤਸ਼ਾਹ ਜੀ ਕਹਿੰਦੇ ਪਾਠ ਕਰਨ ਲੱਗ ਜਾਏ ਨਾ, ਉਹਦੇ ਨੇੜੇ ਕੋਈ ਦੁੱਖ ਨਹੀਂ ਆਉਂਦਾ, ਉਹਨੂੰ ਕੋਈ ਧੋਖਾ ਨਹੀਂ ਦੇ ਸਕਦਾ, ਉਹਨੂੰ ਕੋਈ ਬਿਮਾਰੀਆਂ ਨਹੀਂ ਆਉਂਦੀਆਂ, ਨਾ ਹੀ ਬਾਹਰਲੀਆਂ ਬਿਮਾਰੀਆਂ, ਨਾ ਹੀ ਅੰਦਰਲੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੂਰ ਭੱਜ ਜਾਂਦੇ ਨੇ। ਉਸ ਇਨਸਾਨ ਦਾ ਮਨ ਸ਼ਾਂਤ ਹੋ ਜਾਂਦਾ ਹੈ। ਸੋ ਬਾਣੀ ਪੜ੍ਹੀਏ, ਸਮਝੀਏ, ਵਿਚਾਰੀਏ, ਪ੍ਰੈਕਟੀਕਲੀ ਲਾਈਫ ਦੇ ਵਿੱਚ ਲੈ ਕੇ ਆਈਏ। ਜੋ ਬਾਣੀ ਦਾ ਮਤਲਬ ਹੈ, ਬਾਣੀ ਨੂੰ ਸਮਝ ਕੇ ਉਹਦੇ ਅਨੁਸਾਰ, ਉਹਦੇ ਨਾਲ ਬਾਣੀ ਨੂੰ ਸਮਝ ਕੇ ਉਹਦੇ ਮੁਤਾਬਿਕ ਆਪਣਾ ਜੀਵਨ ਬਤੀਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।